ਹਰ ਜ਼ਿਲ੍ਹੇ ਵੱਲ ਨੂੰ ਕੁਛ ਕਰਾਂਗੇ ਇਸ ਨਗਰ ਕੀਰਤਨ ਯਾਤਰਾ ਦੇ ਰੂਪ ਦੇ ਅੰਦਰ। ਮੈਂ ਬੇਨਤੀ ਕਰ ਰਿਹਾ ਵਿਕਰਮ ਜੀ, ਵਿਕਰਮਜੀਤ ਸਿੰਘ ਸਾਹਿਬ ਸਾਹਮਣੇ ਤੋਂ ਅੱਗੇ। ਧਰਮ ਹੇਤ ਸਾਦਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ, ਸਾਧਨ ਹੇਤ ਕੀਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਗੁਰੂ ਤੇਗ ਬਹਾਦਰ ਜੀ ਕੇ ਮਹਾਨ ਸ਼ਹੀਦੀ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਮੇਂ ਸੁਸ਼ੋਭਿਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੀ ਤਰਫ ਸੇ, ਵਰਲਡ ਪੰਜਾਬੀ ਆਰਗੇਨਾਈਜੇਸ਼ਨ ਕੀ ਤਰਫ ਸੇ ਔਰ ਤਮਾਮ ਸਿੱਖ ਸਮੁਦਾਇ ਕੀ ਤਰਫ ਸੇ ਪ੍ਰੀਤੀ ਸਤਗੁਰੂ ਜੀ ਔਰ ਸਾਰੇ ਕਸ਼ਮੀਰੀ ਪੰਡਿਤ ਭਾਈ ਬਹਿਨੋ ਨੇ ਜਿਨ੍ਹਾਂ ਨੇ ਇੱਕ ਉਪਰਾਲਾ ਕੀਆ ਕਿ ਇੱਕ ਸਨਮਾਨ ਯਾਤਰਾ ਉਸਦਾ ਨਾਮ ਵੀ ਇਹ ਰੱਖਾ ਕਿ ਜੈਸੇ ਪੰਡਿਤ ਕਿਰਪਾ ਰਾਮ ਜੀ ਚੱਲ ਕੇ ਆਏ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੇ ਪਾਸ ਔਰ ਕੈਸੇ 9 ਵਰਸ ਮੇਂ ਬਾਲ ਗੋਬਿੰਦ ਰਾਏ ਜੀ ਨੇ ਉਨਕੋ ਪ੍ਰੇਰਿਤ ਕੀਆ ਆਪਣੀ ਸ਼ਹਾਦਤ ਦੇਣੇ ਕੇ ਲੀਏ ਆਜ ਵੋ ਸ਼ੁਕਰਾਨਾ ਕਰਨੇ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ ਜਾ ਰਹੇ ਹੈ। ਯਹਾਂ ਸੇ ਯਾਤਰਾ ਸ਼ੁਰੂ ਹੋ ਰਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਕਸ਼ਾ ਕੇ ਖਾਤਰ ਔਰ ਭਾਰਤ ਕੀ ਸਭਿਅਤਾ ਔਰ ਸੰਸਕ੍ਰਿਤੀ ਕੋ ਬਚਾਨੇ ਕੇ ਲੀਏ ਜੋ ਮਹਾਨ ਸ਼ਹਾਦਤ ਦੀ ਉਸਕੇ ਲੀਏ ਪ੍ਰੀਤੀ ਸਤਗੁਰੂ ਜੀ ਔਰ ਮੈਂ ਸਮਝਦਾ ਹੂੰ ਕਿ ਇਹ ਸੇਵਾ ਹਰ ਸਾਲ ਉਹ ਕਰੇਗੇ ਔਰ ਸਾਥ ਹੀ ਉਹਨਾਂ ਨੇ ਅਨਾਊਂਸ ਕੀਆ ਕਿ ਜੋ ਸਰਬੰਸ ਦਾਨੀ ਲਾਈਟ ਐਂਡ ਸਾਊਂਡ ਸ਼ੋਅ ਹੈ ਉਹ ਵੀ ਭਾਰਤ ਕੇ ਹਰ ਕੋਨੇ ਮੇਂ ਉਹ ਕਰੇਗੇ। ਮੈਂ ਸਭੀ ਸਿੱਖ ਸਮੁਦਾਇ ਕੀ ਤਰਫ ਸੇ ਉਨਕਾ ਧੰਨਵਾਦ ਜੀ ਹੂੰ। ਫੀਕਰ ਫੋਰ ਦਿੱਲੀ ਸੇ ਪ੍ਰਭੂ ਕਿਆ ਬਿਆਨ, ਤੇਗ ਬਹਾਦੁਰ ਸੀ ਕਿਰਿਆ ਕਰੀ ਨਾ ਕਿਨਹੂੰ ਆਗ, ਤੇਗ ਬਹਾਦੁਰ ਕੇ ਜਗਤ ਭਇਓ ਜਗਤ ਕੋ ਸੋਖ ਹੈ।